ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਅਸੀਂ ਕੱਲ੍ਹ ਚੈਸਾਪੀਕ ਬੇ ਫਾਊਂਡੇਸ਼ਨ ਨਾਲ ਮਿਲ ਕੇ ਸਾਡੀ ਇਕੋਸਿਕ ਟੀਮ ਨੇ 675 ਦਰਖਤ ਕੱਲ੍ਹ ਮੈਰੀਲੈਂਡ ਦੀ ਧਰਤੀ 'ਤੇ ਲਾਏ ਨੇ। ਇਸ ਸਾਡੀ ਟੀਮ ਦਾ ਵਿੱਚ ਯੋਗਦਾਨ ਕਾਫੀ ਜ਼ਿਆਦਾ ਸੀਗਾ। 675 ਦਰੱਖਤਾਂ ਵਿੱਚੋਂ 150 ਦਰੱਖਤ ਅਸੀਂ ਸਿਕਿਓਰ ਕੀਤੇ ਨੇ ਅਤੇ 35 ਨਵੇਂ ਦਰੱਖਤ ਅਸੀਂ ਆਪ ਲਾਏ ਨੇ ਉਹਨਾਂ ਦੇ। ਇਹ ਸਾਡਾ ਪਹਿਲਾ ਐਕਸਪੀਰੀਅੰਸ ਸੀਗਾ ਨਵੀਂ ਟੀਮ ਦਾ ਸਾਡਾ ਇਕੋ ਸਿੱਖ ਦੇ। ਅਸੀਂ ਡੈਮੋ ਵੀ ਪ੍ਰਿਪੇਅਰ ਕੀਤਾ ਸਾਰਿਆਂ ਨੂੰ ਐਜੂਕੇਟ ਕਰਨ ਲਈ ਕਿ ਕਿਸ ਤਰ੍ਹਾਂ ਦਰੱਖਤ ਲਾਈਦਾ, ਅਤੇ 5 ਵੋਲੰਟੀਅਰਸ ਕੇਮ ਟੂ ਦੈਟ ਸਾਈਡ ਟੂ ਪਲਾਂਟ 675 ਟਰੀਸ ਟੂ ਹੈਲਪ ਦਾ ਕੋਜ਼ ਐਂਡ ਹੈਲਪ ਇਨਵਾਇਰਮੈਂਟ ਗੈਟ ਬੈਟਰ। ਫਾਊਂਡੇਸ਼ਨ ਦੀ ਟ੍ਰੀ ਪਲਾਂਟੇਸ਼ਨ ਐਕਟੀਵਿਟੀ ਵੀ ਆਰ ਹੇਅਰ ਪਲਾਂਟਿੰਗ 700 ਟ੍ਰੀਸ ਦ ਚੈਸਾਪੀਕ ਬੇ ਫਾਊਂਡੇਸ਼ਨ ਐਂਡ ਇਕੋਸਿਕ ਇਜ਼ ਪਾਰਟੀਸਪੇਟਿੰਗ ਇਨ ਦੈਟ। ਸੋ ਦਿਸ ਇਜ਼ ਦ ਡੈਮੋ, ਇਫ ਯੂ ਡੋਂਟ ਨੋ ਇਟਸ ਫੋਰ ਫਸਟ ਟਾਈਮ ਫੋਰ ਮੀ ਆਲਸੋ ਹਾਊ ਟੂ ਪਲਾਂਟ ਅ ਟ੍ਰੀ। ਆਈ ਕੈਨ ਸ਼ੋਅ ਯੂ, ਕਮ ਔਨ। ਫਸਟ ਆਫ ਆਲ ਯੂ ਟੂ ਸੀ ਦੈਟ ਦੀ ਰੂਟ ਆਫ ਪਲਾਂਟ ਜਸਟ fell over the ground. So the way you can measure it is like this. So you can see that this is a little bit above the root of the plant here where the stem starts. So that's why you need to shovel a bit and get the mud out. So what I'll do is I take the plant out. I can collect the soil and make sure that this doesn't fall over a lot. You need to collect the dirt back into the pot. We have a tree inside. Now you might want to make the soil so that it levels up. Make sure it doesn't form a heap on the root. You can make a donut shape so that the water collects in the donut. This is for the protection. This is the tube that you would cover the tree with. Just make sure it doesn't break. Dig deep so that you don't want the insects to go underneath. Just make sure you look at the top that it's not entangled or something. And put the pole. Next step is hammering this as much as you can and coming to the top with the net. You have people coming over to do that. But so how many trees have you planted so far yourself? I planted 8 as of now. Kind of goal is to at least 220 today. But we have a team of 5 from Ecosec today. Let's see if we can do 100. You guys are with us. All right. Well, good luck. And the goal is to plant 700 trees. If Ecosec can do like at least 80 out of that,
you know, it's a really good achievement. ਐਸ ਪਰ ਸਾਰਿਆਂ ਨੂੰ ਪਤਾ ਜੀ ਅਸੀਂ ਜੋ ਕੰਮ ਕਰ ਰਹੇ ਹਾਂ ਇਕੋ ਸਿੱਖ ਨੇ ਜਿੰਨਾ ਕੰਮ ਕੀਤਾ ਹਾਲੇ ਤੱਕ ਸਾਡੇ ਇੰਡੀਆ ਦੇ ਅੰਦਰ ਹੋਰ ਦੇਸ਼ਾਂ ਦੇ ਅੰਦਰ ਸੀ ਜੋ ਇਕੋ ਸਿੱਖ ਦੀ ਹੋਰ ਕੈਂਪੇਨਿੰਗ ਹੋਈ ਹੈ ਸੇਵਾਦਾਰ ਸਾਡੇ ਨਾਲ ਨੇ ਜਿਹੜੇ ਆਲ ਵਲੰਟੀਅਰ ਤੁਸੀਂ ਦੇ ਸਕਦੇ ਹੋ ਜਿਹੜੇ ਸਾਡੇ ਨਾਲ ਕਰ ਰਹੇ ਨੇ ਸਾਰੇ ਕੰਮ ਅਸੀਂ ਚਾਹੁੰਦੇ ਹਾਂ ਜਿੰਨਾ ਤੋਂ ਜਿੰਨਾ ਅਸੀਂ ਹੋਰ ਲੋਕਾਂ ਨੂੰ ਅਸੀਂ ਇਹਦੇ ਅੰਦਰ ਪਾ ਸਕੀਏ ਤਾਂ ਕਿ ਇਨਵਾਇਰਮੈਂਟਲ ਬੇਸਿਸ ਦੇ ਉੱਤੇ ਲੋਕ ਸਾਡੇ ਨਾਲ ਜੁੜ ਸਕਣ ਤਾਂ ਕਿ ਅਸੀਂ ਹੋਰ ਇਸ ਨੂੰ ਵਧਾ ਸਕੀਏ ਲੋਕ ਅਵੇਅਰਨੈਸ ਆਇਆ ਕਿ ਅਸੀਂ ਇਕੋ ਸਿੱਖ ਦੇ ਥਰੂ ਕਿ ਅਸੀਂ ਕਿੰਨੇ ਟ੍ਰੀਜ਼ ਲਗਾ ਰਹੇ ਹਾਂ ਅੱਗੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਆ ਰਿਹਾ ਉਦੋਂ ਅਸੀਂ ਪਲਾਨ ਬਣਾਇਆ ਜਿਹੜਾ ਅਸੀਂ 550 ਟ੍ਰੀਜ਼ ਅਸੀਂ ਹੋਰ ਸਾਰੀ ਜਗ੍ਹਾ 'ਤੇ ਲਾਵਾਂਗੇ ਆਈ ਵਾਜ਼ ਆਲਸੋ ਦੇਅਰ ਹੀ ਸਿਕਿਉਰਡ 150 ਟ੍ਰੀਜ਼ ਇਟ ਵਾਜ਼ ਐਨ ਅਮੇਜ਼ਿੰਗ ਇਵੈਂਟ ਯੈਸਟਰਡੇ ਕੱਲ ਬੜਾ ਅੱਛਾ ਲੱਗਿਆ ਖੁਦ ਆਪਣੇ ਹੱਥੀਂ ਬੂਟਾ ਲਾ ਕੇ ਪਲਾਂਟ ਜਿਹੜਾ ਅੱਜ ਲਗਾਇਆ ਹੈਗਾ ਅਤੇ ਆਉਣ ਵਾਲੀਆਂ ਅੱਗੇ ਜਨਰੇਸ਼ਨਸ ਨੂੰ ਉਹਦਾ ਫਾਇਦਾ ਹੋਏਗਾ ਇਟਸ ਐਨ ਅਮੇਜ਼ਿੰਗ ਫੀਲਿੰਗ ਐਂਡ ਆਈ ਥਿੰਕ ਆਈ ਵਿਸ਼ ਵੀ ਕੈਨ ਸ਼ੇਅਰ ਦੈਟ ਕਾਇੰਡ ਆਫ ਅ ਫੀਲਿੰਗ ਵਿਦ ਐਵਰੀਬਡੀ ਅਰਾਊਂਡ ਅਸ ਥਰੂਆਊਟ ਦ ਵਰਲਡ ਵੀ ਵਾਂਟ ਯੂ ਗਾਇਸ ਟੂ ਪਲੀਜ਼ ਕਮ ਇਨ ਐਂਡ ਗਿਵ ਅਸ ਯੋਰ ਵਿਊਜ਼ ਵਟ ਯੂ ਥਿੰਕ ਅਬਾਊਟ ਇਟ ਬਿਕੋਜ਼ ਇੱਕ ਦਾ ਜਿਹੜਾ ਸਾਡਾ ਮੇਨ ਮਕਸਦ ਹੈ ਉਹ ਇਹ ਹੈ ਕਿ ਅੱਗੇ ਆਉਣ ਵਾਲੀ ਸਾਰੀ ਜਨਰੇਸ਼ਨਸ ਲਈ ਇੱਕ ਅਸੀਂ ਵਧੀਆ ਇਨਵਾਇਰਮੈਂਟ ਦੇ ਪਾਈਏ ਅਤੇ ਇਹ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਜਿਹਦੇ ਵਿੱਚ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਸਾਡੀ ਪੂਰੀ ਟੀਮ ਕੱਲ੍ਹ ਇੱਕ ਐਫਰਟ ਕੀਤਾ ਉੱਥੇ ਪਲਾਂਟੇਸ਼ਨ ਐਕਟੀਵਿਟੀ ਕੀਤੀ ਹੈ ਅਤੇ ਅਸੀਂ ਇੰਡੀਆ ਦੇ ਵਿੱਚ ਵੀ ਅਤੇ ਡਿਫਰੈਂਟ ਕੰਟਰੀਜ਼ 'ਚ ਹੋਰ ਵੀ ਐਕਸਪੈਂਡ ਕਰ ਰਹੇ ਹਾਂ ਆਉਣ ਵਾਲੇ ਟਾਈਮ 'ਚ ਜਿਸ ਇਹਦੇ ਵਿੱਚ ਸਾਨੂੰ ਸਾਰਿਆਂ ਦੀ ਸਪੋਰਟ ਚਾਹੀਦੀ ਹੈ ਇਹ ਅਸੀਂ 4-5 ਲੋਕਾਂ ਨਾਲ ਨਹੀਂ ਹੋਣਾ ਇਹ ਸਾਰੀ ਕਮਿਊਨਿਟੀ ਦਾ ਇੱਕ ਪ੍ਰੋਜੈਕਟ ਹੈ ਅਤੇ ਥੈਂਕਸ ਟੂ ਐਵਰੀਵਨ ਹੂ ਡਿਡ ਅ ਵੰਡਰਫੁਲ ਜੋਬ ਯੈਸਟਰਡੇ ਸੋ ਪੰਜਾਬ 'ਚ ਖਾਸ ਕਰ ਸਾਨੂੰ ਇਸ ਸਾਰਿਆਂ ਦੀ ਲੋੜ ਹੈ ਲੋਕਾਂ ਦੀ ਕਿ ਸਾਰੇ ਇਕੱਠੇ ਹੋਣ ਅਤੇ ਉੱਥੇ ਸਾਨੂੰ ਟੀਮ ਨੂੰ ਸਪੋਰਟ ਕਰਨ ਥੈਂਕ ਯੂ ਜੀ ਯੈਸਟਰਡੇ ਆਈ ਆਲਸੋ ਵਾਲੰਟੀਅਰਡ ਐਂਡ ਆਈ ਇਨਕਰੇਜ ਐਵਰੀਵਨ ਟੂ participate it actually felt really good planting those trees yesterday main chahti hai ki sare also at least try once ke and make awareness and try to join our team and I'm trying to make this a better place assi jede Chesapeake Bay Foundation de jede organizers ne unna nal vi gal kiti ke in future events we would like to cooperate with them and collaborate with them for coming future events they said we do organic farming in every march and it will be great ke agle saal to tusi sade naal judo koi aida koi community jehdi vi community hoye sikh community christian community assi sare mil ke ral ke is environment nu better banaiye unhan nu idea bahut vadhiya lagya te future vich we would love to work with them and with also other organizations who help promote environment fitness thank you ji